ਇਨਸਾਨ ਅੱਜਕਲ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਪਣੇ ਕੰਮਾਂ ਕਾਰਾਂ ਅਤੇ ਕਾਰੋਬਾਰਾਂ ਵਿੱਚ ਬਹੁਤ ਮਸ਼ਰੂਫ ਹੋ ਗਿਆ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਇਸ ਤਣਾਅਪ੍ਰਿਤ ਜ਼ਿੰਦਗੀ ਵਿੱਚ ਸਕੂਨ ਦੇ ਕੁਝ ਪਲ ਕੱਢਣ ਲਈ ਕਈ ਤਰ੍ਹਾਂ ਦੇ ਸ਼ੌਂਕ ਵੀ ਰੱਖਦੇ ਹਨ ਜਿਸ ਵਿੱਚ ਬਾਗਬਾਨੀ ਕਰਨਾ ਬਹੁਤ ਚੰਗਾ ਸ਼ੌਕ ਹੈ ਅਤੇ ਇਸ ਦੇ ਸ਼ੌਕੀਨ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ-बिरंगे ਫੁੱਲਾਂ ਵਾਲੇ ਅਤੇ ਹਰਿਆਲੀ ਭਰੇ ਬੂਟੇ ਲਗਾਉਂਦੇ ਹਨ ਜਿਸ ਨਾਲ ਘਰ ਦੀ ਸਜਾਵਟ ਤਾਂ ਵਧਦੀ ਹੈ ਪਰ ਉਥੇ ਹੀ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ हरियाली देख के मन सुकून मिलता है और ये पाँच छः साल से जी हम ये काम कर रहे हैं जितनी चाहे हम सोचते हैं कि पूरे अपने अमृतसर में पूरी हरियाली ही हरियाली हो फ्लावर सर अभी ये सर्दी वाले आइटम हमारे पास है सनन एरिया है कोनिका परमूला है अजेलिया है कार्नेशन है कैल्सुल है लिलियम है और सनन एरिया है पेटूनिया पेंजी सब फ्लावरिंग वाले प्लांट्स सर हमारे पास खाली ग्रीन ऑलमोस्ट पूरे ये ग्रीनरी वाले प्लांट भी हमारे पास सारे हैं क्या क्या उसमें, उसमें हैं जैसे ये बोनसाई प्लांट है क्रोटन है और एरिका पाम है बोतल फॉक्सल पाम सब वरायटी हमारे पास है सर चेमिडोरा पाम है वो फाइकस बढ़िया मिल जाते हैं हमारे पास सारी वैरायटी तकरीबन सब वैरायटी मिल जाएगी सर पोर्ट्स में सारे पोर्ट्स में और ज़मीन में सब सब तरह के प्लांट्स अब हैंगिंग प्लांट्स सब फ्लावरिंग प्लांट्स सब करते हैं सर ਬਹੁਤ ਬਹੁਤ ਸ਼ੌਕ ਹੈ ਜਾਂ ਤਾਂ ਬਹੁਤ ਜੀ ਬਹੁਤ ਪਸੰਦ ਕਰਦੇ ਹਾਂ ਜਾਂ ਤਾਂ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਪਲਾਂਟਸ ਜੀ ਬਹੁਤ ਬਹੁਤ ਮਹੱਤਵ ਹੈ ਜੀ ਅਸੀਂ ਤਾਂ ਸਭ ਕੋ ਯਹੀ ਕਹਿੰਦੇ ਹਾਂ ਕਿ ਜੀ ਜਿੰਨੇ ਜਿੰਨੇ ਜ਼ਿਆਦਾ ਪੇੜ ਲਗਾਏ ਪੂਰੇ ਹਰੀਆਲੇ ਕਰਕੇ ਰੱਖੇ ਪੂਰਾ ਹਰਾ ਭਰਾ ਆਪਣੇ ਅੰਮ੍ਰਿਤਸਰ ਕੋ ਬਣਾਏ ਬਹੁਤ ਬੜੀਆ ਬਹੁਤ ਬੜੀ ਇਨਸਾਨ ਅੱਜ ਦੇ ਟਾਈਮ ਵਿੱਚ ਆਪਣੇ ਕੰਮਾਂ ਕਾਰਾਂ ਔਰ ਰੋਜ਼ਗਾਰਾਂ ਵਿੱਚ ਇਨਾ ਬਿਜ਼ੀ ਹੋ ਚੁੱਕਾ ਹੈ ਕਿ ਆਪਣੇ ਮਾਈਂਡ ਨੂੰ ਥੋੜਾ ਜਿਹਾ ਰੈਸ ਦੇਣ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਸ਼ੌਂਕ ਰੱਖਦਾ ਹੈ ਕੁਝ ਨੂੰ ਬਰਡਸ ਦਾ ਸ਼ੌਕ ਹੈ ਕੁਝ ਨੂੰ ਪੈਸ ਦਾ ਔਰ ਕੁਝ ਆਪਣਾ ਇੰਟਰਸਟ ਭਗਵਾਨੀ ਵਿੱਚ ਪੂਰਾ ਕਰਦੇ ਹਨ ਵੱਖ-ਵੱਖ ਤਰ੍ਹਾਂ ਦੇ ਫੁੱਲ ਔਰ ਗ੍ਰੀਨ ਪਲਾਂਟਸ ਇੰਡੋਰ ਔਰ ਆਊਟਡੋਰ ਤੁਹਾਡੇ ਘਰਾਂ ਦੀ ਸ਼ੋਭਾ ਵੀ ਵਧਾਉਂਦੇ ਨੇ ਤੇ ਬਹੁਤ ਅੱਛਾ ਇੱਕ ਟਾਈਮ ਪਾਸ ਵੀ ਹੋ ਜਾਂਦਾ ਹੈ ਕੈਮਰਾ ਪਰਸਨ ਅਜੇ ਕੁਮਾਰ ਦੇ ਨਾਲ ਜੇਪੀ ਸਿੰਘ ਪਾਸਪੇ ਨਿਊਜ਼ ਅੰਮ੍ਰਿਤਸਰ